ਅੱਜ ਹੁਸ਼ਿਆਰਪੁਰ 'ਚ ਡਰਾਈਵਰਾਂ ਵੱਲੋਂ ਵੱਡੀ ਗਿਣਤੀ 'ਚ ਇਕੱਤਰ ਹੋ ਕੇ ਕੇਂਦਰ ਦੀ ਭਾਜਪਾ ਸਰਕਾਰ ਵਿਰੁੱਧ ਜ਼ੋਰਦਾਰ ਰੋਸ ਪ੍ਰਦਰਸ਼ਨ ਕਰਦਿਆਂ ਹੋਇਆਂ ਮੋਦੀ ਸਰਕਾਰ ਮੁਰਦਾਬਾਦ ਦੇ ਨਾਅਰੇ ਲਾਏ। ਰੋਸ ਧਰਨੇ 'ਚ ਟੈਕਸੀ ਡਰਾਈਵਰਾਂ, ਟਰੱਕ ਡਰਾਈਵਰਾਂ ਅਤੇ ਬੱਸਾਂ ਦੇ ਡਰਾਈਵਰਾਂ ਸਮੇਤ ਐਂਬੂਲੈਂਸ ਅਤੇ ਹੋਰਨਾਂ ਵਾਹਨਾਂ ਦੇ ਡਰਾਈਵਰਾਂ ਨੇ ਵੀ ਵੱਧ ਚੜ੍ਹ ਕੇ ਭਾਗ ਲਿਆ ਅਤੇ ਕੇਂਦਰ ਸਰਕਾਰ ਪ੍ਰਤੀ ਰੋਸ ਜ਼ਾਹਰ ਕੀਤਾ। ਇਸ ਮੌਕੇ ਵੱਡੀ ਗਿਣਤੀ 'ਚ ਇਕੱਤਰ ਹੋਏ ਡਰਾਈਵਰਾਂ ਨੂੰ ਪਹਿਲਾਂ ਪੁਲਿਸ ਵੱਲੋਂ ਹੁਸ਼ਿਆਰਪੁਰ ਦੀ ਦੁਸਹਿਰਾ ਗਰਾਊਂਡ 'ਚ ਹੀ ਰੋਕਣ ਦੀ ਕੋਸ਼ਿਸ਼ ਕੀਤੀ ਗਈ ਅਤੇ ਕਿਹਾ ਕਿ ਸੀਨੀਅਰ ਅਧਿਕਾਰੀ ਇੱਥੇ ਆ ਕੇ ਤੁਹਾਡੇ ਤੋਂ ਮੰਗ ਪੱਤਰ ਲੈਣਗੇ, ਜਿਸ 'ਤੇ ਡਰਾਈਵਰਾਂ ਵੱਲੋਂ ਇਹ ਮੰਗ ਕੀਤੀ ਗਈ ਕਿ ਉਹ ਦੁਸਹਿਰਾ ਗਰਾਊਂਡ ਤੋਂ ਲੈ ਕੇ ਮਿੰਨੀ ਸਕੱਤਰੇਤ ਤੱਕ ਸ਼ਾਂਤਮਈ ਢੰਗ ਨਾਲ ਜਾਣਗੇ ਅਤੇ ਆਪਣਾ ਪ੍ਰਦਰਸ਼ਨ ਕਰਨਗੇ, ਜਿਸ ਤੋਂ ਬਾਅਦ ਪੁਲਿਸ ਵੱਲੋਂ ਡਰਾਈਵਰ ਭਾਈਚਾਰੇ ਨੂੰ ਅੱਗੇ ਜਾਣ ਦੀ ਇਜਾਜ਼ਤ ਦਿੱਤੀ ਗਈ। ਮੀਡੀਆ ਨਾਲ ਗੱਲਬਾਤ ਕਰਦਿਆਂ ਡਰਾਈਵਰਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜੋ ਇਹ ਕਾਨੂੰਨ ਡਰਾਈਵਰਾਂ ਲਈ ਲਿਆਂਦਾ ਗਿਆ ਉਹ ਸਿੱਧੇ ਤੌਰ 'ਤੇ ਡਰਾਈਵਰਾਂ ਦੇ ਨਾਲ ਧੱਕੇਸ਼ਾਹੀ ਹੈ ਅਤੇ ਡਰਾਈਵਰ 'ਤੇ ਇਹ ਕਾਨੂੰਨ ਲਾਗੂ ਕਰਕੇ ਅਤਿਆਚਾਰ ਕੀਤਾ ਜਾ ਰਿਹਾ। ਉਹਨਾਂ ਕਿਹਾ ਕਿ ਕਾਨੂੰਨ ਉਹਨਾਂ ਲੋਕਾਂ 'ਤੇ ਬਣਨਾ ਚਾਹੀਦਾ ਜੋ ਹਾਦਸੇ ਤੋਂ ਬਾਅਦ ਡਰਾਈਵਰਾਂ ਦੇ ਨਾਲ ਕੁੱਟਮਾਰ ਕਰਦੇ ਨੇ ਅਤੇ ਸਮੇਂ-ਸਮੇਂ 'ਤੇ ਅਜਿਹੇ ਮਾਮਲੇ ਵੀ ਸਾਹਮਣੇ ਆਉਂਦੇ ਰਹਿੰਦੇ ਨੇ ਜਿਸ ਵਿੱਚ ਇਹ ਹੁੰਦਾ ਕਿ ਲੋਕਾਂ ਵੱਲੋਂ ਕੁੱਟਮਾਰ ਕਰਕੇ ਡਰਾਈਵਰਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ। ਉਹਨਾਂ ਕਿਹਾ ਕਿ ਸਰਕਾਰ ਇਸ ਕਾਨੂੰਨ ਨੂੰ ਬਿਨਾਂ ਦੇਰੀ ਕੀਤਿਆਂ ਜਲਦ ਵਾਪਸ ਲਵੇ ਤਾਂ ਜੋ ਡਰਾਈਵਰ ਪ੍ਰਦਰਸ਼ਨ ਖਤਮ ਕਰਕੇ ਆਪਣੇ ਕੰਮਾਂ 'ਤੇ ਵਾਪਸ ਪਰਤ ਸਕਣ। ਹੁਸ਼ਿਆਰਪੁਰ ਨੇ ਉਸ ਦੇ ਨਾਲ ਚੇਤਨ ਕਸ਼ਪ ਦੀ ਰਿਪੋਰਟ। ਮੇਰਾ ਨਾਮ ਹੈ ਜੀ ਰਾਜਵੀਰ ਸਿੰਘ ਰਾਜਾ, ਮੁੱਖ ਸੇਵਾਦਾਰ ਬ੍ਰਦਰਸ ਗਰੁੱਪ ਹੁਸ਼ਿਆਰਪੁਰ। ਇਹ ਜਿਹੜੇ ਸਾਰੇ ਡਰਾਈਵਰ ਆ ਜੀ, ਤਕਰੀਬਨ ਜ਼ਿਆਦਾ ਤੌਰ 'ਤੇ ਸਾਡੇ ਦੁਆਬੇ ਏਰੀਏ ਦੇ ਟਰੱਕਾਂ ਵਾਲੇ, ਟੈਕਸੀਆਂ ਵਾਲੇ, ਬੱਸਾਂ ਵਾਲੇ, ਆਟੋ ਰਿਕਸ਼ਾ, ਜਿਹੜਾ ਬਾਡੀ ਵਾਲਾ ਰਿਕਸ਼ਾ, ਉਹ ਡਰਾਈਵਰ ਸਾਰੇ ਇਕੱਠੇ ਹੋਏ ਆ। ਇਹ ਪ੍ਰੋਟੈਸਟ ਦਾ ਕਾਰਨ ਇਹੀ ਆ ਵੀ ਪਿਛਲੇ ਕੁਝ ਦਿਨਾਂ ਦੇ ਵਿੱਚ ਜਿਹੜਾ ਕਾਨੂੰਨ ਲਿਆਂਦਾ ਗਿਆ ਕੇਂਦਰ ਸਰਕਾਰ ਵੱਲੋਂ, ਉਹ ਜਮ੍ਹਾਂ ਹੀ ਕਹਿ ਲਓ ਵੀ ਡਰਾਈਵਰੀ ਨੂੰ ਖਤਮ ਕਰਨ ਵਾਲਾ ਕਾਨੂੰਨ ਆ। ਉਹਦੇ ਲਈ ਅਸੀਂ ਸਰਕਾਰ ਮੂਹਰੇ ਆਪਣੀ ਗੁਹਾਰ ਲਾ ਰਹੇ ਹਾਂ ਵੀ ਉਸ ਕਾਨੂੰਨ ਨੂੰ ਜਿਹੜਾ ਰੱਦ ਕੀਤਾ ਜਾਵੇ। ਪਹਿਲਾ ਕਾਨੂੰਨ ਉਹਨਾਂ ਲੋਕਾਂ 'ਤੇ ਲਾਇਆ ਜਾਵੇ ਜਿਹੜੇ ਐਕਸੀਡੈਂਟ ਤੋਂ ਬਾਅਦ ਡਰਾਈਵਰ ਨਾਲ ਕੁੱਟਮਾਰ ਕਰਦੇ, ਜਿਵੇਂ ਕਿ ਪਿਛਲੇ ਕੁਝ ਸਮੇਂ ਦੇ ਵਿੱਚ ਤੁਸੀਂ ਦੇਖਿਆ ਵੀ ਉਹ ਕੋਈ ਕੁੱਟਮਾਰ ਤੋਂ ਬਾਅਦ ਡਰਾਈਵਰ ਦੀ ਡੈਥ ਤੱਕ ਵੀ ਹੋ ਜਾਂਦੀ, ਲੱਤ ਬਾਂਹ ਟੁੱਟਣੀ ਤਾਂ ਆਮ ਗੱਲ ਆ। ਮੰਗ ਇਹੀ ਹੈ ਜੀ, ਦੇਖੋ ਅਸੀਂ ਚਾਹੁੰਦੇ ਹਾਂ ਇਹ ਜਿਹੜਾ ਸਾਡਾ ਦੇਸ਼ ਆ ਇਹ ਵਧੀਆ ਤਰੀਕੇ ਦੇ ਨਾਲ ਚੱਲੇ, ਹੈ ਨਾ। ਆਪਾਂ ਇੱਥੇ ਕੰਮ ਕਰੀਏ, ਜੇਕਰ ਸਰਕਾਰ ਇਹ ਕਾਨੂੰਨ ਨੂੰ ਰੱਦ ਕਰ ਦੇਵੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਨਵੀਂ ਪੀੜ੍ਹੀ ਆ ਉਹ ਵੀ ਡਰਾਈਵਰੀ 'ਚ ਆਵੇਗੀ, ਡਰਾਈਵਰੀ ਕਰੇਗੀ, ਡਰਾਈਵਰਾਂ ਦੀ ਜਿਹੜੀ ਲਾਈਫ ਆ ਉਹਨੂੰ ਸਿਕਿਓਰ ਕੀਤਾ ਜਾਵੇ, ਸੇਫਟੀ ਹੋਵੇ, ਤਾਂ ਜਿਹੜਾ ਸਾਨੂੰ ਇੱਥੇ ਰੁਜ਼ਗਾਰ ਮਿਲੇ। ਜੇਕਰ ਇਹ ਕਾਨੂੰਨ ਕਹਿੰਦੇ ਵੀ ਅਸੀਂ ਰੱਦ ਨਹੀਂ ਕਰਨਾ ਤਾਂ ਜਿਹੜੇ ਡਰਾਈਵਰ ਇੰਨੇ ਪਿੱਛੇ ਖੜ੍ਹੇ ਆ ਮੇਰੇ ਹਿਸਾਬ ਨਾਲ 99% ਵੀ ਗੱਡੀਆਂ ਛੱਡਣ ਲਈ ਤਿਆਰ ਬੈਠੇ ਆ। ਤੁਹਾਡੇ ਵੱਲੋਂ ਪਹਿਲਾਂ ਵੀ ਧਰਨਾ ਲਾਇਆ ਗਿਆ ਸੀ, ਉਸ ਤੋਂ ਬਾਅਦ ਸਮਝੌਤਾ ਹੋ ਗਿਆ ਸੀ, ਕੋਈ ਧਰਨਾ ਉਹ ਬਾਅਦ ਉਹਦੇ ਵਿੱਚ ਇੰਜ ਸੀਗਾ ਜੀ, ਦੇਖੋ ਸਰਕਾਰ ਨੇ ਇਹ ਦਿੱਤਾ ਸੀਗਾ ਆਪਣਾ ਨਤੀਜਾ ਵੀ ਆਪਾਂ ਜਦੋਂ ਵੀ ਗਾਂਹ ਆਉਣ ਵਾਲੇ ਸਮੇਂ 'ਚ ਕਾਨੂੰਨ ਲਾਗੂ ਕਰਨਾ ਹੈਗਾ ਆ, ਉਹ AIMTC ਜਿਹੜੀ ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ ਹੈਗੀ ਆ, ਸੰਸਥਾ ਇੱਕ ਬਣੀ ਹੋਈ, ਉਹਦੇ ਨਾਲ ਗੱਲ ਕਰਕੇ ਕਰਾਂਗੇ। ਪਰ ਪਿਛਲੇ ਦਿਨੀਂ ਤੁਸੀਂ ਦੇਖਿਆ ਹੋਊਗਾ ਵੀ ਪੰਜਾਬ ਦੇ ਵਿੱਚ ਹਰੇਕ ਸੰਸਥਾਵਾਂ ਨੇ ਉਸ ਜਿਹੜੀ ਆ ਸੰਸਥਾ ਦਾ ਬਾਈਕਾਟ ਕਰ ਦਿੱਤਾ ਹੈਗਾ ਆ, ਕਿਉਂਕਿ ਉਹਨਾਂ ਨੇ ਬਿਨਾਂ ਕਿਸੇ ਦੇ ਨਾਲ ਗੱਲਬਾਤ ਕੀਤੇ, ਸਲਾਹ ਕੀਤੇ ਜਿਹੜਾ ਫੈਸਲਾ ਲੈ ਲਿਆ, ਜਦਕਿ ਉਸ ਸਮੇਂ ਹਾਲਾਤ ਇੱਦਾਂ ਦੇ ਸੀਗੇ ਵੀ ਉਹ ਸਾਡੀ ਇਹ ਮੰਗ ਨੂੰ ਬਿਲਕੁਲ ਨਿਰਪੱਖ ਹੋ ਕੇ ਮਨਾ ਸਕਦੇ ਸੀਗੇ ਅਤੇ ਉਲਟਾ ਡਰਾਈਵਰਾਂ ਦੇ ਲਈ ਵੀ ਵਧੀਆ ਕਾਨੂੰਨ ਲਿਆ ਸਕਦੇ ਸੀ ਵੀ ਡਰਾਈਵਰ ਨਾਲ ਐਕਸੀਡੈਂਟ ਤੋਂ ਬਾਅਦ ਕੁੱਟਮਾਰ ਨਾ ਹੋਵੇ। ਆਉਣ ਵਾਲਾ ਸੋਲਿਊਸ਼ਨ ਬਹੁਤ ਵਧੀਆ ਜੀ, ਜਿਵੇਂ ਕਿ ਅੱਜ ਡਰਾਈਵਰਾਂ ਤੁਸੀਂ ਰੋਸ ਦੇਖ ਰਹੇ ਹੋ, ਇਹਨਾਂ ਦੇ ਵਿੱਚੋਂ ਜਿਹੜੇ 50% ਡਰਾਈਵਰ ਆ ਉਹਨਾਂ ਨੇ ਗੱਡੀਆਂ ਆਪਣੀਆਂ ਖੜੀਆਂ ਕਰ ਦਿੱਤੀਆਂ, ਹਾਲੇ ਤਾਂ ਕਾਨੂੰਨ ਇਹਨਾਂ ਨੇ ਲਿਆਂਦਾ ਹੀ ਆ। ਜੇਕਰ ਕਾਨੂੰਨ ਲਾਗੂ ਕਰ ਦਿੰਦੇ ਸਾਨੂੰ ਕੁਛ ਕਰਨ ਦੀ ਲੋੜ ਨਹੀਂ, ਰੋਡ ਦੇ ਉੱਤੇ ਗੱਡੀ ਚਲਾਉਣ ਨੂੰ ਡਰਾਈਵਰ ਨਹੀਂ ਮਿਲੇਗਾ। ਨਾਸਿਕ ਤੋਂ ਜੇ ਪੰਜਾਬ ਸਬਜ਼ੀ ਢੋਣੀ ਆ, ਪਿਆਜ਼ ਢੋਣੇ, ਤਾਂ ਉਹ ਟਰੱਕ ਡਰਾਈਵਰ ਨੇ ਚਲਾ ਕੇ ਲਿਆਉਣਾ ਆ। ਜੇਕਰ ਕਿਸੇ ਨੂੰ ਆਪਾਂ ਹੋਸਪਿਟਲ ਖੜਨਾ ਆ ਤਾਂ ਉਹ ਜਿਹੜੀ ਆ ਐਂਬੂਲੈਂਸ ਆ ਉਹ ਡਰਾਈਵਰ ਨੇ ਚਲਾ ਕੇ ਖੜਨੀ, ਕਿਸੇ ਸਵਾਰੀ ਨੇ ਜਾਣਾ ਉਹ ਡਰਾਈਵਰ ਨੇ ਚਲਾਉਣੀ ਆ। ਅਤੇ ਇਹਨਾਂ ਦੇ ਵਿੱਚ ਜਿੰਨੇ ਵੀ ਡਰਾਈਵਰ ਤੁਹਾਨੂੰ ਮਿਲੂਗੇ ਕਿਸੇ ਨੂੰ ਵੀ ਪੁੱਛ ਲਓ, ਜੇਕਰ ਸਰਕਾਰ ਕਾਨੂੰਨ ਲਾਗੂ ਕਰਦੀ ਆ ਤਾਂ ਸਾਡਾ ਰਿਜ਼ਲਟ ਅਸੀਂ ਆਪ ਹੀ ਲੈ ਲੈਣਾ, ਗੱਡੀਆਂ ਖੜੀਆਂ ਹੋ ਜਾਣੀਆਂ, ਸਰਕਾਰ ਨੂੰ ਫਿਰ ਆਪੇ ਹੀ ਇਹ ਕਾਨੂੰਨ ਰੱਦ ਕਰਨਾ ਪਵੇਗਾ। ਅੱਜ ਅਸੀਂ ਡਰਾਈਵਰਾਂ ਦੇ ਹੱਕ ਲਈ ਆਏ ਹਾਂ, ਆਪਣੇ ਹੱਕਾਂ ਲਈ ਆਏ ਹੋਏ ਹਾਂ ਇੱਥੇ, ਜਿਹਨੂੰ
ਹਿੱਟ ਐਂਡ ਰਨ ਦਾ ਜਿਹੜਾ ਮੋਦੀ ਸਾਹਿਬ ਨੇ ਕਾਨੂੰਨ ਲਾਇਆ ਬਹੁਤ ਜ਼ਿਆਦਾ ਗਲਤ ਧੱਕਾ ਕੀਤਾ ਸਾਡੇ ਡਰਾਈਵਰਾਂ ਦੇ, ਜਿਹਦੇ ਕਰਕੇ ਅਸੀਂ ਇੱਥੇ ਸਾਰੇ ਇਕੱਠੇ ਹੋਏ ਹਾਂ, ਕਿਉਂਕਿ ਉਹਦੇ ਕਰਕੇ ਅਸੀਂ ਇੱਥੇ ਇਕੱਠੇ ਹੋਏ ਹਾਂ ਜੀ। ਅੱਜ ਮੈਮੋਰੈਂਡਮ ਵੀ ਦੇਵਾਂਗੇ ਆਪਾਂ ਡੀ ਸੀ ਸਾਹਿਬ ਨੂੰ, ਅਤੇ ਬਹੁਤ ਜ਼ਿਆਦਾ ਗਲਤ ਕਾਨੂੰਨ ਆ ਇਹ, ਉਹਦੇ ਕਰਕੇ ਡਰਾਈਵਰ ਏਕਤਾ ਜਿੰਦਾਬਾਦ, ਅਸੀਂ ਸਾਰੇ ਇਸ ਕਰਕੇ ਇਕੱਠੇ ਹੋਏ ਹਾਂ ਇਸ ਮੰਚ 'ਤੇ। ਨਹੀਂ ਜੇ ਤਾਂ ਸਾਡੀਆਂ ਗੱਲਾਂ ਮੰਨੀਆਂ ਜਾਊਂਗੀਆਂ, ਵਾਪਸ ਕੀਤੇ ਜਾਊਗੇ ਕਾਨੂੰਨ ਤਾਂ ਠੀਕ ਆ, ਨਹੀਂ ਤਾਂ ਇਹਨੂੰ ਕੰਟੀਨਿਊ ਇੱਦਾਂ ਹੀ ਚਲਾਇਆ ਜਾਊਗਾ। ਇਹ ਸਾਡੇ ਡਰਾਈਵਰਾਂ ਦੇ ਕਾਲੇ ਕਾਨੂੰਨ ਲੱਗੇ ਆ ਜੀ, ਸਾਡੇ ਲੋਕਾਂ ਨੂੰ ਬਹੁਤ ਤੁਹਾਨੂੰ ਪਤਾ ਹੀ ਨਹੀਂ ਹੈਗਾ, ਇਹ ਜਿਹੜੇ ਕਾਲੇ ਕਾਨੂੰਨ ਆ ਇਕੱਲੇ ਡਰਾਈਵਰਾਂ 'ਤੇ ਨਹੀਂ ਹੈਗੇ, ਇਹ ਜਿਹੜਾ ਦੇ ਹੱਥ ਸਟੇਅਰਿੰਗ ਹੈਗਾ ਵਾ ਉਹਨਾਂ ਉੱਤੇ ਕਾਨੂੰਨ ਲਾਗੂ ਕੀਤਾ ਜਾਂਦਾ ਵਾ ਜੀ। ਚਾਹੇ ਸਾਡੀ ਧੀ ਆ ਚਾਹੇ ਸਾਡੀ ਭੈਣ ਆ ਐਕਟਿਵਾ ਚਲਾਉਂਦੀ ਆ, ਉੱਥੇ ਵੀ ਇਹ ਕਾਲੇ ਕਾਨੂੰਨ ਲਾਗੂ ਕੀਤੇ ਜਾਂਦੇ ਆ ਜੀ। ਅੱਜ ਅਸੀਂ ਇੱਥੇ ਡੀ ਸੀ ਮੈਡਮ ਨੂੰ ਆਪਣਾ ਮੰਗ ਪੱਤਰ ਦੇਣ ਆਏ ਹਾਂ ਕਿ ਕਾਲੇ ਕਾਨੂੰਨ ਰੱਦ ਕੀਤੇ ਜਾਣ ਜੀ, ਇਹ ਡਰਾਈਵਰਾਂ ਦੇ ਉੱਤੇ ਅੱਤਿਆਚਾਰੀ ਬੰਦ ਕਰਨੀ ਚਾਹੀਦੀ ਆ ਜੀ। ਆਲ ਸਾਰੇ ਹੁਸ਼ਿਆਰਪੁਰ ਦੀਆਂ ਜੀ, ਜਿੰਨੀਆਂ ਸਾਡੇ ਵੈਲਫੇਅਰ ਸੁਸਾਇਟੀਆਂ ਜਿੰਨੇ ਸਾਡੇ ਟੈਕਸੀ ਸਟੈਂਡ ਆ ਸਾਰਿਆਂ ਦੇ ਪ੍ਰਧਾਨ ਸਾਡੇ ਵਿੱਚ ਆਏ ਆ ਜੀ। ਭਾਅ ਜੀ ਸਿਲੰਡਰ ਸਾਡੇ ਡਰਾਈਵਰ ਲੋਕਾਂ ਦੇ ਘਰਾਂ 'ਚ ਪਹੁੰਚਾਉਂਦੇ ਆ, ਜਿਹੜੀ ਆਕਸੀਜਨ ਆ ਜਦੋਂ ਕੋਈ ਮਰੀਜ਼ ਬਿਮਾਰ ਹੁੰਦਾ ਜਿਹੜੀ ਉਹਨੂੰ ਆਕਸੀਜਨ ਲੱਗਦੀ ਆ ਉਹ ਵੀ ਇੱਕ ਡਰਾਈਵਰ ਪਹੁੰਚਾਉਂਦਾ ਵਾ, ਕਣਕਾਂ ਖੇਤਾਂ ਦੇ ਵਿੱਚੋਂ ਕਣਕਾਂ ਚੱਕ ਕੇ ਵੀ ਡਰਾਈਵਰ ਪਹੁੰਚਾਉਂਦਾ ਵਾ, ਅਤੇ ਅਸੀਂ ਵੀ ਆਪਣੇ ਆਲ ਡਰਾਈਵਰ ਭਾਈਚਾਰੇ ਨੂੰ ਸੱਦਾ ਦੇਵਾਂਗੇ, ਇਹ ਐਂਬੂਲੈਂਸਾਂ ਵੀ ਚੱਲਦੀਆਂ ਇਹ ਵੀ ਡਰਾਈਵਰ ਚਲਾਉਂਦਾ ਵਾ, ਅਤੇ ਸਾਡਾ ਭਾਈਚਾਰਾ ਬਹੁਤ ਵੱਡਾ ਵਾ, ਅਤੇ ਸਰਕਾਰ ਨੂੰ ਸੋਚਣਾ ਚਾਹੀਦਾ ਸਮਝਣਾ ਚਾਹੀਦਾ ਵਾ, ਅਤੇ ਜੇ ਡਰਾਈਵਰਾਂ ਦਾ ਭਾਈਚਾਰਾ ਇੱਕਾ ਇਕੱਠਾ ਹੋ ਗਿਆ ਸਰਕਾਰ ਨੂੰ ਸਾਹਮਣਾ ਔਖਾ ਹੋ ਜੂਗਾ ਜੀ।